ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਭਰਵੇਂ ਇਕੱਠ ਦੌਰਾਨ ਪੰਜਾਬ ਦੇ ਜੰਗਲਾਤ ਸਮਾਜਿਕ ਨਿਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਰੂਪਨਗਰ ਜ਼ਿਲ੍ਹੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਰਪੰਚਾਂ, ਪੰਚਾਂ, ਜ਼ਿਲ੍ਹਾ ਪਰਿਸ਼ਦ ਮੈਂਬਰਾਂ ਅਤੇ ਪੰਚਾਇਤ ਸਮਿਤੀ ਮੈਂਬਰਾਂ ਨੂੰ ਭਾਰਤੀ ਸੰਵਿਧਾਨ ਤਹਿਤ ਮਿਲੀਆਂ ਜ਼ਿੰਮੇਵਾਰੀਆਂ ਨੂੰ ਨਿਸ਼ਚਾਪੂਰਵਕ ਅਤੇ ਨਿਰਪੱਖਤਾ ਨਾਲ ਨਿਭਾਉਣ ਦੀ ਸਹੁੰ ਚੁਕਾਈ। ਇਸ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਧਰਮਸੋਤ ਨੇ 10 ਜ਼ਿਲ੍ਹਾ ਪਰਿਸ਼ਦ ਮੈਂਬਰਾਂ, 95 ਪੰਚਾਇਤ ਮੈਂਬਰਾਂ, 611 ਸਰਪੰਚਾਂ ਅਤੇ 3300 ਪੰਚਾਂ ਨੂੰ ਸਹੁੰ ਚੁਕਾਈ। ਪਰੰਤੂ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਾਂਗਰਸ ਸਰਕਾਰ ਦੀ ਇਸ ਸਰਕਾਰੀ ਸਮਾਗਮ ਵਿੱਚ ਜ਼ਿਲ੍ਹੇ ਭਰ ਦੇ ਸੀਨੀਅਰ ਕਾਂਗਰਸੀ ਲੀਡਰ ਅਤੇ ਅਹੁਦੇਦਾਰ ਸ਼ਾਮਲ ਹੀ ਨਹੀਂ ਹੋਏ। ਦਸ ਸਾਲ ਬਾਅਦ ਨਿਰਪੱਖ ਚੋਣਾਂ ਹੋਈਆਂ ਨੇ ਪੰਚਾਇਤਾਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ, ਨਹੀਂ ਤਾਂ 10 ਸਾਲ ਪਹਿਲਾਂ ਜਿੰਨੀਆਂ ਚੋਣਾਂ ਹੋਈਆਂ, ਬੂਥ ਕਬਜ਼ੇ, ਧੱਕਾਸ਼ਾਹੀ, ਨਸ਼ਿਆਂ ਦੀ ਦੁਰਵਰਤੋਂ, ਜੋ ਵੀ ਚਾਰਾ ਲੱਗਦਾ, ਇੱਥੋਂ ਤੱਕ ਕਿ ਸਾਡੇ ਬੰਦਿਆਂ ਨੂੰ ਕਮਰਿਆਂ 'ਚ ਡੱਕ ਕੇ ਧੱਕੇ ਨਾਲ ਵੋਟਾਂ ਪਾ ਕੇ ਦਿੱਤੀਆਂ। ਔਰ ਕੈਪਟਨ ਸਾਹਿਬ ਦੀ ਨੀਅਤ ਅਤੇ ਨੀਤੀ ਇਹ ਸੀ ਕਿ ਕਿਸੇ ਦਾ ਕਾਗਜ਼ ਦਾਖਲ ਨਹੀਂ, ਕੈਂਸਲ ਨਹੀਂ ਕਰਾਉਣਾ, ਕਿਸੇ ਦਾ ਧੱਕਾ ਨਹੀਂ ਕਰਾਉਣਾ। ਜਿਹਨਾਂ ਨੂੰ ਲੋਕ ਵੋਟ ਚਾਹੁੰਦੇ, ਅਗਰ ਅਸੀਂ ਸਰਕਾਰ ਨੇ ਕੰਮ ਕੀਤਾ ਤਾਂ ਸਾਨੂੰ ਲੋਕ ਵੋਟ ਪਾਉਣਗੇ, ਜਿਤਾਉਣਗੇ। ਔਰ ਪੰਜਾਬ ਦੇ ਲੋਕਾਂ ਨੇ 95% ਘੱਟੋ ਘੱਟ ਕੈਪਟਨ ਸਾਹਿਬ ਦੇ ਕੰਮਾਂ ਨੂੰ ਥਾਪੜਾ ਦਿੱਤਾ। ਔਰ ਕਾਂਗਰਸ ਪਾਰਟੀ ਦੇ ਪੰਜ ਸਰਪੰਚ ਜ਼ਿਲ੍ਹਾ ਪਰਿਸ਼ਦ ਦੇ ਉੱਤੇ ਬਲਾਕ ਸੰਮਤੀ ਦੇ ਮੈਂਬਰ ਜਿੱਤੇ।